ਅਸਲਾਮੁਅਲੈਕੁਮ ਯਾ ਮੇਰੇ ਮਾਲਕਾ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ ਕਿਸੇ ਨੇਕ ਬੰਦੇ ਦੇ ਮੱਥੇ ਲਾਈ ਤੇ ਬੁਰੇ ਬੰਦੇ ਤੋਂ ਬਚਾਈ ਅੱਲਾ ਖੈਰ ਕਰੇ ਸੋਹਣੇ ਦੋ ਘਰਾਂ ਦੇ ਮੁਲਾਜ਼ਮ ਆ ਪੈਸੇ ਧੇਲੇ ਦੀ ਇੱਥੇ ਟੈਨਸ਼ਨ ਕੋਈ ਨਹੀਂ ਕਿਉਂਕਿ ਖਾਸ ਸਾਹਿਬਾਂ ਕੋ ਮੁਲਾਜ਼ਮ ਆ ਜਦੋਂ ਵੀ ਉਹਨਾਂ ਦਾ ਫੰਕਸ਼ਨ ਲੱਗਦਾ ਵਿੱਚੋਂ 4-5 ਸੌ ਸਾਨੂੰ ਲੱਭ ਹੀ ਜਾਂਦਾ ਬੈਠੋ ਭਾਅ ਜੀ ਪਾਕਿਸਤਾਨ ਡਰਾਮੇ ਤੇ ਵੀ ਲੇਟ ਜਨਾਜ਼ੇ ਤੇ ਵੀ ਲੇਟ ਕੀ ਬਣੇਗਾ ਵੇਖੋ ਚਲੋ ਸਾਨੂੰ ਕੀ ਹੈ ਅੱਲਾ ਖੈਰ ਕਰੇ ਖਾਨ ਸਾਹਿਬ ਦੇ ਘਰ ਮੁਲਾਜ਼ਮ ਆ ਇੱਕ ਖਾਨ ਸਾਹਿਬ ਦਾ ਮੁੰਡਾ ਜਿਹੜਾ ਬਹੁਤਾ ਪੜ੍ਹ ਲਿਖ ਕੇ ਆ ਉਹ ਉਹਨੂੰ ਕਹਿੰਦੇ ਨੇ ਕੰਮ ਤੇ ਚਲੋ ਉਹ ਕਹਿੰਦਾ ਮੈਂ ਬਾਹਰ ਜਾਣਾ ਚਲੋ ਜਾਣਾ ਤੇ ਜਾਓ ਇਹ ਵੇਖੋ ਇਹ ਇੰਨਾ ਕੁ ਘਰ ਤੇ ਵਿੱਚੋਂ ਦੋ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਮੈਂ ਕਿਹਾ ਬਾਕਰਮੇ ਇਮਰਾਨ ਸਾਹਿਬ ਦਾ ਘਰ ਹੈ ਇਮਰਾਨ ਸਾਹਿਬ ਦਾ ਨਹੀਂ ਖਾਨ ਸਾਹਿਬ ਦਾ ਘਰ ਹੈ ਜੀ ਅੱਛਾ ਖਾਨ ਸਾਹਿਬ ਦਾ ਘਰ ਹੈ ਹਾਂਜੀ ਤੁਸੀਂ ਕੌਣ ਹੋ ਮੈਂ ਕੰਮ ਲੈਣ ਆਇਆ ਵਾਂ ਕੰਮ ਸਿੱਖਣ ਆਇਆ ਵਾਂ ਕੰਮ ਸਿੱਖਣਾ ਜੀ ਹਾਂਜੀ ਉਹ ਗੰਦੇ ਕੰਮ ਸਿੱਖ ਸਕੂਨ ਨਾ ਇਸ ਕੰਮ 'ਚ ਕੀ ਪਿਆ ਜੀ ਕੰਮ ਸਿੱਖਾਂ ਨਾਲੇ ਘਰ ਦਾ ਕੁਝ ਬਣੇਗਾ ਨਾ ਲੈ ਘਰ ਦਾ ਕੁਝ ਬਣੇਗਾ ਤੇਰਾ ਵੀ ਨਾਲ ਕੁਝ ਬਣੇਗਾ ਤੈਨੂੰ ਜਿਹੜਾ ਕੰਮ ਅਸੀਂ ਦਿਖਾਵਾਂਗੇ ਉਹ ਸਿੱਖ ਕੰਮ ਵੈਸੇ ਕਿਹੜਾ ਬਿਹਤਰ ਹੈਗਾ ਜਿਹੜਾ ਕਰਨਾ ਚਾਹੀਦਾ ਕੰਮ ਕੋਈ ਵੀ ਨਹੀਂ ਬਿਹਤਰ ਹੈਗਾ ਮੈਂ ਆਪ ਬੜੇ ਬੜੇ ਕੰਮ ਕੀਤੇ ਮੈਂ ਸਿਆਣੇ ਬੰਦੇ ਨੂੰ ਮੈਂ ਕਿਹਾ ਕੋਈ ਚੰਗਾ ਜਿਹਾ ਕੰਮ ਦੱਸ ਅੱਛਾ ਮੈਨੂੰ ਕਹਿੰਦਾ ਮਿੱਟੀ ਦਾ ਤੇਲ ਵੇਚਿਆ ਕਰੋ ਮੈਂ ਨਵੀਂ ਖੋਤੀ ਡੇੜ ਲਈ ਉੱਤੇ ਡਰਮ ਰੱਖਿਆ ਜੇ ਪਹਿਲਾਂ ਹੀ ਚੱਕਰ ਕੱਢੇ ਇੱਕ ਬੰਦਾ ਕਹਿੰਦਾ ਅਸਲੀ ਹੈ ਮੈਂ ਕਿਹਾ ਜੀ ਚੈੱਕ ਕਰੋ ਉਹਨੇ ਲੈਂਡਰ ਪਾ ਲਿਆ ਨਾ ਖੋਤੀ ਲੱਭੀ ਨਾ ਡਰਮ ਫਿਰ ਵਾਪਸ ਇੱਥੇ ਹੀ ਤੇਰੇ ਕੋਲ ਮੈਨੂੰ ਦੱਸੋ ਮੈਂ ਕਿਹੜਾ ਕੰਮ ਕਰਾਂ ਹੁਣ ਗੰਦੇ ਕੰਮ ਕਰ ਨਾਲੀਆਂ ਤੋਂ ਪਾਣੀ ਲੋਕਾਂ ਤੇ ਪਾਇਆ ਕਰ ਐਂ ਕਰਕੇ ਮੈਂ ਕਿਹਾ ਸਰ ਚਾਹ ਪੀਣੀ ਜੇ ਆਹੋ ਬਾਹਰ ਗੱਡੇ ਤੇ ਬਹੁ ਮਨਾਲੀ ਚਲਾਉਣਾ ਵਾ ਚਲ ਆ ਜਾ ਓਏ ਮੇਰੀ ਗੱਲ ਸੁਣ ਹਾਂਜੀ ਸਵੇਰੇ ਸਵੇਰੇ ਜੁਗਤਾ ਨਾ ਕਰਿਆ ਕਰ ਅੱਜ ਤੇ ਬੜਾ ਸੋਹਣਾ ਲੱਗ ਰਿਹਾ ਉਹ ਵੈਸੇ ਹੀ ਕਹਿਤਾ ਫਿਰ ਕੀ ਹੋਇਆ ਕਹਿਣ ਚ ਕਿਹੜਾ ਕੋ ਹਰਜੇਗਾ ਚਲੋ ਸਾਨੂੰ ਕੀ ਇਹੀ ਤੇ ਕਰਨੀ ਐ ਤੇ ਮੌਜਾਂ ਜਿੰਨੀ ਦੇਰ ਖਾਨ ਸਾਹਿਬ ਅਰੀ ਨਹੀਂ ਉੱਠਦੇ ਓ ਬਸ ਬਈ ਬਸ ਤੇਰੀਆਂ ਮੌਜਾਂ ਦਾ ਟਾਈਮ ਖਤਮ ਹੋ ਗਿਆ ਹੋਇਆ ਕੀ ਹੈ ਭਾਜੀ ਪਰੇ ਹੋ ਜਾ ਇੱਧਰ ਓ ਨਿਕਲੋ ਬਾਹਰ ਮਰਾਸੀਆ ਓ ਭਾਜੀ ਗੱਲ ਤਾਂ ਸੁਣੋ ਕੀ ਹੋਇਆ ਯਾਰ ਇੱਧਰ ਵੇ ਹਾਂਜੀ ਸਾਡੇ ਸਾਹਮਣੇ ਮਰਾਸੀਆਂ ਦੇ ਘਰ ਜੰਮੇ ਪਲੇ ਨੇ ਤੇ ਮਰਾਸੀ ਹੋਏ ਨਾ ਆਹੋ ਰਾਣੇ ਤੇ ਨਾ ਹੋਏ ਨਹੀਂ ਰਾਣੇ ਕਿੱਥੋਂ ਹੋਏ ਤੇ ਰਾਣੇ ਬਣਨ ਦਾ ਨੇ ਮੁੰਡਾ ਪੜ ਲਿਖੀ ਗਿਆ ਕਹਿੰਦੇ ਜੀ ਅਸੀਂ ਰਾਣੇ ਆ ਓ ਬਾਹਰ ਨਿਕਲੋ ਓ ਇੱਧਰ ਤੇ ਆ ਭਾਜੀ ਕੀ ਹੋਇਆ ਬਾਹਰ ਜਾ ਨਿਕਲੋ ਭੁੱਖ ਲੱਗੀ ਤਾਂ ਓ ਜਨਾਬ ਪਰੇਸ਼ਾਨ ਕਰਤਾ ਇਹਨਾਂ ਲੋਕਾਂ ਨੇ ਕੀ ਹੋਇਆ ਇਹ ਮੇਰਾ ਚੌਂਕ ਚ ਖੋਖਾ ਹੈ ਅੱਛਾ ਅੱਛਾ ਸੜਕ ਤੋਂ ਪਰਲੇ ਪਾਸੇ ਜਿਹੜਾ ਉਹ ਤੁਹਾਡਾ ਉਹ ਪਾਨਾ ਵਾਲਾ ਹਾਂਜੀ ਹਾਂਜੀ ਪਾਨਾ ਵਾਲਾ ਹੀ ਖੋਖਾ ਹੁੰਦਾ ਹੋਰ ਕੀ ਜਨਾਬ ਜਿੰਨੇ ਫੇਰੇ ਆਉਂਦੇ ਨੇ ਇਹ ਦੇਣਾ ਜੀ 8 ਪਾਨ ਅੱਛਾ ਇਹ ਗੁਰੂ 300 ਦੇ ਵਿੱਚ ਨੀਲਾ ਥੋਥਾ ਵੀ ਪਾ ਦੇਣਾ ਨੀਲੇ ਥੋਥੇ ਨਾਲ ਤੇ ਖਾਨ ਸਾਹਿਬ ਬੰਦਾ ਮਰ ਜਾਂਦਾ ਪਾਗਲ ਹੋ ਤੁਸੀਂ ਓਏ ਸ਼ੌਕੀਆ ਖਾਂਦੇ ਨੇ ਕਹਿੰਦੇ ਨੇ ਕਿ ਸੁਰ ਸਿੱਧਾ ਹੋਵੇ ਇਹਨਾਂ ਦੀ ਕਬਜ਼ ਠੀਕ ਹੋ ਜਾਂਦੀ ਆਹੋ ਤਿੰਨ ਡੱਬੀਆਂ ਗੋਲਡ ਇੰਫੀਆਂ ਦੇ ਦਿਓ ਇਸ ਚੱਕਰ ਜਦੋਂ ਪੈਸੇ ਮੰਗੋ ਕਹਿੰਦੇ ਨਾਲ ਮਹਿਮਾਨ ਹੈਗੇ ਨੇ ਕੋਈ ਫੰਕਸ਼ਨ ਆਏਗਾ ਤੇ ਪੈਸੇ ਦੇ ਦੇਾਂਗੇ ਤੇ ਹੁਣ ਪੈਸੇ ਲੈਣ ਆਇਓ ਤੁਸੀਂ ਇਕੱਠਾ 15000 ਰੁਪਇਆ ਇਹਨਾਂ ਦੇ ਹੋ ਗਿਆ ਹੱਥ ਸੁੱਟੋ ਹੈਲੋ ਮੂੰਹ ਤੁਹਾਡਾ ਟੱਗੇ ਦਾ ਨਹੀਂ ਹੈਗਾ ਤੇ 15000 ਦਾ ਤੁਸੀਂ ਉਧਾਰ ਦੇ ਬਈ ਓਏ ਆਹੋ ਯਾਰ ਬੜਾ ਪਰੇਸ਼ਾਨ ਆ ਇਹਨਾਂ ਨੂੰ ਕੱਢ ਪਾਰੇ ਇਹਨਾਂ ਕੋ 15000 ਰੁਪਇਆ ਮੈਂ ਹਰ ਹਾਲ ਚ ਲੈ ਕੇ ਜਾਣਾ ਇਹ ਮੇਰੇ ਖਿਆਲ ਨਾਲ ਤੁਸੀਂ ਅੰਮੀ ਤੇ ਗਏ ਹੋ ਉਹ ਕਿਵੇਂ ਇਹ ਤੁਸੀਂ ਵਾਲ ਨਹੀਂ ਨਾ ਜਿਹੜੇ ਹੌਲੇ ਕਰਾਉਂਦ ਇਹ ਹੌਲੀ ਹੌਲੀ ਘਾਟੇ ਇੱਥੇ ਆ ਜਾਣੇ ਅੱਛਾ ਤੁਸੀਂ ਕਿਸ ਆਸ ਉਮੀਦ ਤੇ ਸਿਰ ਬੰਨੇ ਆ ਮੈਂ ਆਪਣੇ ਦਾਦੇ ਤੇ ਗਿਆ ਹੀ ਆ ਵੇਖੋ ਉਹਦੇ ਵੀ ਇੰਨੇ ਇੰਨੇ ਸੀ ਇਹ ਤੁਹਾਡੇ ਵਾਲ ਜੈਸੇ ਆ ਸਕਦੇ ਨੇ ਉਹ ਕਿਸ ਤਰ੍ਹਾਂ ਜੀ ਸਿਰ 'ਚ ਨਿਰਣੇ ਕੇ ਵਿੱਚ ਤਾਲੂ 'ਚ ਛਿੱਟਣ ਮਾਰਿਆ ਕਰੋ 7-8 ਅੱਛਾ 15000 ਰੁਪਈਆ ਤੁਹਾਡਾ ਜੀ ਆਹੋ 15000 ਰੁਪਈਆ ਕਦੋਂ ਕੋਈ ਐਡੀ ਰਕਮ ਹੁੰਦੀ ਹੈ ਭਾਜੀ ਉਹ ਜਨਾਬ ਜੋ ਮੁਲਕੀ ਹਾਲਾਤ ਨੇ ਰੁਪਈਏ ਰੁਪਈਏ ਦੀ ਲੋੜ ਹੈ ਅੱਛਾ 15 ਤੁਹਾਡੇ ਕੋਲ 500 ਰੁਪਈਆ ਖੁੱਲਾ ਹੈਗਾ ਆਹੋ ਦਿਓ ਅੱਛਾ ਜੀ ਉਹ ਤੁਹਾਨੂੰ 500 ਦਈਏ ਤੇ ਤੁਹਾਨੂੰ ਇੱਕ ਖੱਬੇ ਹੱਥ ਦੀ ਦਈਏ ਨਹੀਂ ਨਹੀਂ 500 ਹੀ ਦਿਓ ਐਨਾ ਫਿਰ ਇਹਨੂੰ 500 ਤੂੰ ਹੀ ਪੂਰਾ ਕਰਨਾ ਇਹ ਸਾਰੇ ਹੀ ਦੇ ਦਿਓ ਬਲਕਿ ਐਨ ਸਾਰੇ ਹੀ ਦੇ ਦਿਓ ਇਹਨੇ ਤਾਂ ਰੰਗ ਵੀ ਠੀਕ ਕਰਾਉਣਾ ਜੀ ਬਲਕਿ ਇੰਜ ਤੇ ਜਲਨੇ ਨਹੀਂ ਬਲਕਿ ਇਹਨਾਂ ਚ ਇੱਕ ਤਾਰ ਪਵਾ ਲੈਣਾ ਭਾਵੇਂ ਕੇਬਲ ਦੀ ਪਵਾ ਲੈਣਾ ਤਾਰ ਤੂੰ ਭੈਣ ਦੀ ਸ਼ਲਵਾਰ ਸੁਕਣੇ ਪਾਉਣੀ ਤਾਰ ਓ ਯਾਰ ਭੈਣ ਤੋਂ ਯਾਦ ਆਇਆ ਕੀ ਇਹ ਆਪਣੀ ਭੈਣ ਨੂੰ ਕਾਲਜ ਦਾਖਲ ਕਰਾਉਣ ਗਿਆ ਕਹਿੰਦਾ ਭੈਣਾ ਇੱਥੋਂ ਕੁਝ ਬਣ ਕੇ ਨਿਕਲੀ ਉਹ ਮਾਂ ਬਣ ਕੇ ਨਿਕਲੀ ਫਿਰ ਆ ਤੇ 10 ਤੋਂ ਬਾਅਦ ਮਾਂ ਹੀ ਹੋ ਜਾਂਦਾ ਸ਼ੁਰੂ ਬੰਦਾ ਮੇਰੀ ਗੱਲ ਸੁਣੋ ਹਾਂਜੀ 15500 ਰੁਪਇਆ ਆਹੋ ਤੁਹਾਡੇ ਕੋਲ ਆ ਗਿਆ ਓਕੇ ਡਨ ਹੋ ਗਿਆ ਇਹ ਅੱਧੇ ਘੰਟੇ ਹੀ ਤੁਹਾਨੂੰ 15500 ਰੁਪਇਆ ਨਾ ਪਹੁੰਚਾਉਣ ਤੇ ਮੰਨੀ ਵੀ ਥਾਂ ਤੇ ਪਾ ਲੈਣਾ ਠੀਕ ਹੈ ਆ ਇਹ ਹੁਣ ਤੇਰੇ ਮੂੰਹ ਨੂੰ ਛੱਡ ਰਹੀ ਠੀਕ ਹੋ ਗਿਆ ਨਹੀਂ ਤਾਂ ਮੈਂ ਤੇਰੇ ਮੂੰਹ ਤੇ ਨਾ ਛੱਡਣੀਆਂ ਪੈਣ ਬਾ ਠੀਕ ਹੋ ਗਿਆ ਭਾਈ ਚੱਲ ਲਾ ਬੰਦੇ ਸਵੇਰੇ ਸਵੇਰੇ 500 ਦੀ ਤੇ ਦਿਹਾੜੀ ਲੱਗੀ ਖਾਵੇ ਖਸਮਾਂ ਨੂੰ ਜਿਹੜਾ ਕੰਮ ਕਰ ਉਹ ਗੁਲਾਬ ਦੇਵੀ ਇਹ ਖਾਉ 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 ਕਿੱਧਰ ਆ ਗਿਆ ਇੱਧਰ ਆ ਉਹ ਇੱਧਰ ਆਇਆ ਤੂੰ ਲੰਗੜਾ ਮੈਂ ਮਾਰ ਰਹੀ ਤਾਂ ਪੁੱਟੇ ਆਦੀ
ਕੌਣ ਹੈ ਬਾਬਾ ਤੂੰ ਖਾਉ 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 ਲਾਈ? ਉਹ ਖਾਨ ਸਾਹਿਬ ਨੂੰ ਮਿਲਣਾ, ਫੰਕਸ਼ਨ ਕਰਾਉਣਾ, ਮੇਰਾ ਮੁੰਡੇ ਦਾ ਵਿਆਹ ਹੈ। ਮੁੰਡੇ ਦਾ ਵਿਆਹ ਤੁਹਾਡੇ ਦਾ? ਆਹੋ। ਤੇ ਤੁਸੀਂ ਕੀ ਆਪ ਖਾਉ ਖਾਉ ਕਰਨ ਦੇ? ਉਹ ਤੇ ਵਿਆਹ ਤੇ ਕੀ ਹੋਣਾ ਵੇ, ਉਹ ਤੁਸੀਂ ਆਪਾਂ ਪਾਓਗੇ। ਉਹ ਮੈਂ ਮੁੰਡੇ ਦਾ ਵਿਆਹ ਦੀ ਖਾਤਰ ਮੈਂ ਦੁਆਈ ਨਹੀਂ ਲਿੱਤੀ, ਮੈਂ ਕਿ ਮਨੋਰੰਜਨ ਕਰ ਲਈਏ, ਵਿਆਹ ਦਾ ਕੀ ਹੈ। ਅੱਛਾ ਤੁਸੀਂ ਸਿਆਣੇ ਲੱਗਦੇ ਹੋ। ਆਹੋ। ਇਹ ਜਿਹੜੀਆਂ ਡਰਾਮੇ ਵਾਲੀਆਂ ਮੁੱਛਾਂ ਨਾ, ਇਹਨਾਂ ਲਾਇਆ ਕਰੋ, ਇਹ ਪਤਾ ਨਹੀਂ ਕਿਹੜੇ ਵਾਲਾਂ ਦੀਆਂ ਬਣਦੀਆਂ ਨੇ। ਚਲੋ ਦਹੋ ਜਾ ਭੈਣੀ ਗੱਲ ਕਰ ਦਿੰਦਾ ਤੀਸਰੇ। ਅੱਛਾ ਇਹੋ ਜਿਹੇ ਬਾਬੇ ਜੇਲ੍ਹ 'ਚ ਹੁੰਦੇ ਨੇ, ਪੁੱਛੀ ਨਾ ਕੀ ਕੇਸ, ਉਹ ਕੇਸ ਕੀ ਹੋਣਾ, ਬੱਕਰੀ ਧੁੱਪੇ ਬੰਨੀ ਛਾਵੇਂ ਬੰਨਣ ਲੱਗਾ ਫੜ ਕੇ ਲਾਇਆ। ਇਹ ਵੀ ਲਾਂ ਦੇ ਪੁੱਤਰ ਵੇਖ ਕੇ ਕਹਿੰਦਾ ਲਾ ਵੀ ਮਨ ਨਾ ਮਨ ਤੇਰੇ ਮਿਹਦੇ 'ਚ ਗਰਮੀ ਹੂੰ। ਲੈ ਪੁੱਤੇ ਨੂੰ ਵੇਖ ਕੇ ਕੀ ਕਹਿਣਾ, ਬਾਬਾ ਜੀ ਤੁਸੀਂ ਆਏ ਹੋ ਫੰਕਸ਼ਨ ਕਰਾਉਣ। ਆਹੋ। ਅੱਛਾ ਤੁਹਾਡੇ ਵਾਸਤੇ ਇੱਕ ਮਸ਼ਵਰਾ ਹੈਗਾ ਵੈਸੇ ਹੀ ਫ੍ਰੀ। ਕੀ ਬੋਲਾ? ਤੁਸੀਂ ਚਾਹੁੰਦੇ ਹੋ ਤੁਹਾਡਾ ਕੋਈ ਖਰਚਾ ਨਾ ਹੋਵੇ, ਨਾ ਬਿਜਲੀ ਦਾ ਬਿੱਲ, ਨਾ ਕੋਈ ਆਰਾ ਵਗੈਰਾ, ਕੋਈ ਖਰਚਾ ਨਾ ਹੋਵੇ ਤੁਹਾਡਾ। ਆਹੋ ਯਾਰ। ਫੌਤ ਹੋ ਜਾਓ। ਕੀ ਹੋਇਆ? ਮਾਂ ਮਾਂ ਦੀ ਦਾਲ ਤੁਸੀਂ ਖਾ ਲਈ ਹੈ, ਚੂੜੀਆਂ ਫਿਲਮ ਤੁਸੀਂ ਵੇਖ ਲਈ ਹੈ, ਫੌਤ ਹੋ ਜਾਓ, ਹੁਣ ਕੀ ਲੈਣਾ ਜੇ ਦੁਨੀਆ ਤੋਂ? ਅੱਗੋ ਗਰਮੀਆਂ ਜੰਮ ਨਹੀਂ ਆਣੇ, ਉਹ ਕਿੰਨੇ ਚੂਪਣੇ ਨੇ। ਹਾਂ ਤੇ ਉਹ ਤੇ ਤੂੰ ਮਰ ਜਾਣਾ, ਉਹ ਤੇ ਉੱਥੇ ਉਹਨਾਂ ਨੇ ਕਹਿਣਾ ਅੰਬ ਲੈਣਾ ਆ ਪਾਪਾ ਇੱਥੇ। ਮੇਰੀ ਸੁਣੋ ਗੱਲ। ਹਾਂਜੀ। ਉਹ ਖਾਨ ਸਾਹਿਬ ਨੇ ਤੇ ਗਾਣਾ ਗਾ ਲੈਣਾ, ਉਹ ਨੱਚਣ ਵਾਲੀਆਂ ਹੈ ਨਾ ਤੁਹਾਡੇ ਕੋਲ? ਪਾਗਲ ਹੈਗਾ ਬਾਬਾ ਤੂੰ, ਮੈਂ ਤੇਰੇ ਕੰਨ ਤੇ ਲਾਉਣੀ ਹੈ। ਨੱਚਣ ਵਾਲੀਆਂ ਕੀ ਆ ਗਈਆਂ, ਅਸੀਂ ਇੱਥੇ ਅਸੀਂ ਹੱਕ ਲਾਲ ਦੀ ਖਾਣ ਡੇ ਖਾਨ ਸਾਹਿਬ ਤੋਂ ਮਿਲਾ। ਨਹੀਂ ਹੈਗੀਆਂ ਤੇ ਨਾ ਕਰਦੇ। ਨਾ ਕਰ ਨਹੀਂ ਹੈਗੀਆਂ। ਕਿਉਂ ਨਹੀਂ ਹੈਗੀ? ਪੈਸੇ ਨਹੀਂ ਕਮਾਉਣਾ ਤੂੰ? ਤੇਰਾ ਖਾਨਾ ਖਰਾਬ ਹੋ ਗਿਆ, ਤੇਰਾ ਬੇੜਾ ਗਲਤ ਹੋ ਜਾਏ। ਇਹ ਖਾਨਾ ਖਰਾਬ ਗਿਆ ਪੁੱਤਰਾ। ਹਾਏ ਹਾਏ ਕੀ ਗੱਲ ਹੈ ਤੇ? ਹਾਏ ਹਾਏ ਤੈਨੂੰ ਮੇਰੇ ਮੁੰਡੇ ਦਾ ਵਿਆਹ ਹੈ। ਮੀਆਂ ਮੀ ਵੀ ਵੇਖ ਲਓ। ਉਹ ਦੋ ਮੂੰਹ ਰਗੜ ਕੇ ਇੱਕ ਤੇ ਸਹੀ ਕਰੋ, ਮਗਰੋਂ ਲਵੋ ਸਾਡੇ ਹੋ ਕਿਰੋ। ਕੀ ਹੋਇਆ ਸਾਨੂੰ ਭਾਈ? ਬਕਵਾਸ ਕਰਨਾ ਪਿਆ ਤੇ ਨਹੀਂ। ਉਹ ਬਕਵਾਸ ਹੁੰਦਾ? ਬਕਵਾਸ ਕਿਹੜੀ ਹੁੰਦਾ? ਬਕਵਾਸ ਹੁੰਦਾ ਦੋ ਵੀ ਹੁੰਦਾ, ਉਹੀ ਤੇਲੇ ਵਾਲੀ। ਮੈਂ ਤੇ ਮੇਰੀ ਦਾਲ ਧੋਣ। ਕੀ ਧੋਣ? ਇਹ ਲੋ ਲੋਤਾਂ ਦੀਆਂ ਮਾਵਾਂ ਥੋਣੀਆਂ ਥੋਣੀਆਂ ਫੋਟੋਆਂ ਦੇ ਰਹੀਆਂ ਨੇ, ਥੋਣੇ ਥੋਣੇ ਬੱਤੇ ਹੋਣ। ਹਾਂ ਤੇਲੀ ਮਾਂ ਦੰਗਿਆਂ ਦੀ ਲੜਾਈ ਵੇਖਦੀ ਰਹੀ ਹੈ। ਜਾਂਦੇ ਆਂ ਦੀ ਦੂਨ ਦੇ ਬਾਬਾ ਤੇਰੀ ਬੁੱਢੀ। ਆਹ ਬਸ ਯਾਰ ਨੂੰ ਬੰਦਾ ਮਾਰੇ ਜੁੱਤੀਆਂ। ਮਜਾ ਇਹ ਬੁੱਢੀ ਜੰਮੀ ਪਰ ਤਹਾ ਜਾ ਬੁੱਢੀ ਜੰਮੀ ਹੈ, ਪਰੇਸ਼ਾਨ ਨਾ ਹੋ, ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਬੰਦਿਆਂ ਨੂੰ ਸ਼ੂਗਰ ਹੈਗੀ ਹੈ। ਹਾਂ ਹੈ ਕਿਸੇ ਨੂੰ ਭਾਜੀ? ਕੋਈ ਵੀ ਨਹੀਂ ਗਾ। ਚਲੋ ਸ਼ੁਕਰ ਹੈ, ਅੱਲਾ ਖੈਰ ਕੀਤੀ ਰੱਖੇ, ਅੱਲਾ ਬਚਾਈ ਰੱਖੇ। ਮੇਰੀ ਗੱਲ ਸੁਣ। ਹਾਂ ਅਸੀਂ ਤਰਾਣੇ ਫੰਕਸ਼ਨ। ਹਾਂ ਉਹ ਫੰਕਸ਼ਨ ਹੁੰਦਾ, ਪੰਜਣ ਕਿਹੜਾ ਹੁੰਦਾ ਤੇ ਫੰਕਸ਼ਨ? ਆਏ ਜਿਹਦੇ ਤੇ ਤੇਰੀਆਂ ਬੱਤੀਆਂ ਨੱਤਦੀਆਂ ਨੇ। ਓਏ ਖਾਨ ਸਾਹਿਬ ਕਰੋ। ਓ ਬਾਬਾ 2000 ਰੁਪਈਆ ਤੇਰਾ ਲੱਗਣਾ, ਤੇਰੀ ਐ ਠੀਕ ਹੋ ਜਾਣੀ ਹੈ। ਯਾਰ ਨੂੰ ਦੇ ਕੇ ਕਿਤੇ 1300 ਰੁਪਏ ਹੋਰ ਪਾ ਕੇ ਚੇਂਜ ਕਰ ਲੈ। ਮੇਰੇ ਕੋਲ ਮੁਫਤ ਲੈ ਲੈ। ਮੈਂ ਪਾਗਲ ਆ ਮੈਂ? ਇੱਥੇ ਫੰਕਸ਼ਨ ਤਰਾਣੇ ਰਾਣਾ ਸਾਹਿਬ ਦਲੋਂ। ਓ ਰਾਣਾ ਸਾਹਿਬ ਕੋ ਨਹੀਂ, ਇਹ ਖਾਨ ਸਾਹਿਬ ਹੈਗੇ ਨੇ, ਇਹਨਾਂ ਕੋ ਕਰਾਉਣਾ ਤੁਸੀਂ? ਨਹੀਂ ਸਾਡੇ ਤਾਂ ਰਾਣਾ ਸਾਹਿਬ ਹੋਣੀ ਆ ਤੇ ਨਤਨ ਦੇ। ਅੱਛਾ ਇਹੋ ਜੀ ਔਰਤ ਨੂੰ ਮਨਾ ਮਨੂ ਕੇ ਵੱਡੇ ਹੋਟਲ 'ਚ ਵੀ ਲਾਈਓ, ਐਨ ਟਾਈਮ ਤੇ ਮੁੱਕਰ ਜਾਂਦੀ। ਭਾਈ ਸਾਹਿਬ ਇਹ ਗੰਦੇ ਕੰਮ ਤੋਂ ਮੈਂ ਨਹੀਂ ਕਰਤੀ। ਲੈ ਸਾਲੀਏ ਤੈਨੂੰ 1200 ਰੁਪਈਆ ਰਜ਼ਾਈਆਂ ਭਰਨ ਦਾ ਦਿੱਤਾ। ਦਰਅਸਲ ਉਹ ਉੱਠਣਗੇ ਕੋਈ ਘੰਟੇ ਬਾਅਦ। ਸੁੱਤਾ ਪਿਆ ਕਿਵੇਂ ਬੰਦਾ ਉੱਠਦਾ? ਇੰਜ ਕਰਕੇ ਉੱਠਦੇ ਨੇ, ਹੋਰ ਕਹਿੰਜ ਉੱਠਣਾ ਉਹਨਾਂ ਨੇ? ਇੰਜ ਤੜਤੇ ਤੇ ਤੋਈ ਵੀ ਨਹੀਂ ਉੱਠਦਾ। ਉਹ ਬਾਬਾ ਲੈ ਯਾ ਤੁੱਤ ਬੁੱਤ ਕਿਤੇ ਉਗਾੜੇ ਵੇਚ ਲੈ ਨੂੰ ਜਾ ਦਵਾ। ਉਹ ਉੱਠ ਪਏਗਾ ਨਾ। ਹਾਂ ਤੈਨੂੰ ਕਹੀਂ ਡਾਕਟਰ ਤਫੈਲ ਆਇਆ। ਤੇ ਤੁਸੀਂ ਡਾਕਟਰ? ਆਹੋ। ਤੇ ਆਪਣੀਆਂ ਫੂਈਆਂ ਫੂਈਆਂ ਤਾਂ ਬੰਦ ਕਰੋ ਜਿਹੜੀ ਘੰਟੇ ਦੀ ਕਰਨ ਡਾ। ਵਾਹ ਬਈ। ਉਹ ਚਲ ਭਲੀਏ ਲੋਕੇ ਚੱਲੇ। ਮੈਂ ਤੈਨੂੰ ਦੱਸ ਦਿੱਤਾ ਈ ਬੁੱਢਿਆ ਥੁੰਦਰਾ। ਉਹ ਬੁੱਢਾ ਤੇ ਤੂੰ ਹੀ ਕੀਤਾ ਮੈਨੂੰ ਚੰਗਾ ਬਲਾ ਜਵਾਨ ਸਾਂ ਮੈਂ। ਮੈਨੂੰ ਮਿਲਿਆ ਈ ਬੁੱਢਾ ਖਾਨਾ ਖਰਾਬ। ਉਧਰ ਫੈਸਲਾ ਕਰਵਾਓ, ਤੁਸੀਂ ਬਹੁਤ ਪੁਰਾਣੇ ਹੋ ਦੋਵੇਂ ਸਾਲਿਆ, ਤੁਸੀਂ ਤਾਂ ਫਰਿਸ਼ਤਿਆਂ ਦੇ ਦੇਹ ਚੋਂ ਨਿਕਲ ਗਏ ਹੋ। ਨਕਲੀ ਹੁੰਦਾ, ਨਕਲੀ ਕਿਹੜੇ ਹੁੰਦੇ ਨੇ, ਪਾਗਲ ਹੀ ਨਹੀਂ ਤੂੰ। ਕਹਿ ਦਿਆ ਉਹਨਾਂ ਨੂੰ ਇਹ ਬਾਬਾ ਜੀ ਸਰ ਬੜੀ ਮਿਹਰਬਾਨੀ, ਇਹ ਹੈ ਮੇਰੀ ਹੋਣੇ ਵਾਲੀ ਜਨਾਨੀ। ਹੈਲੋ ਮੇਰੀ ਬਾਤ ਤੋਂ ਸੁਣੇ, ਹੈਲੋ ਬਾਤ ਤੋਂ
तो अकेली क्या डर जाती है अकेली? मैं नहीं रहना अकेले। क्यों? तू चला जाएगा। और मेरा जाना जरूरी है। अल्लाह करे तेरा वीजा ही ना लगे। वो लग गया, टिकट भी लेकर आ रहा है बंदा। तू वाकई जा रहा है? हाँ मैं जा रहा हूँ। मैं तेरे बगैर रोटी किवें खावांगी? हाँ जी मैं ले आके देनी होंगी है ना। ते मैं पानी किवें पीवांगी? जिस तरह आपके पींदी है पानी। मैं सोवांगी किवें? सुसरी मेरी हिक पे चढ़ के सोती है। मेरा मतलब है तेनु पता है गरीब बंदा ज्यादा इश्क करता है। हाँ। पक्का वाला इश्क। हाँ। ते मैं गरीब हूं ना, मैं तेनु पक्का वाला इश्क करनी। मुझे आजकल की लड़कियों पे यकीन नहीं। ओ क्यों? एक लड़की सच्ची है। ओ क्यों? वो जो टेलीफोन में कहती है नॉट रिस्पोंडिंग एट द मोमेंट, उससे सच्ची औरत मैंने नहीं देखी। तू मेनू धोखा दे नहीं देगा? नहीं, तेरी खातिर जा रहा हूं अमेरिका कमाने के वास्ते। मेनू पता है ओथे जाके तू गोलियां डांग वड़ियां सुकियां सुकियां वेखनियां ने। नहीं डांग वर्गी नहीं देखूंगा, मोटी देखूंगा। शर्म नहीं तनु आंदी? और नहीं देखूंगा, तेरे से प्यार करता हूं मैं। मैं सोनी नहीं, मेरी आंखें सोनिया नहीं, मेरा नाक सोना नहीं, मेरा होंठ सोने नहीं, किस चीज की कमी है मेरे में? तुम तो इतनी हसीन हो, वो क्या खूब कहा है शायर ने, खिलता चेहरा गुलाब हो जाए तुम मेरी ही किताब हो जाए, खिलता चेहरा गुलाब हो जाए तुम मेरी ही किताब हो जाए, छू के तेरे नाजुक होंठों को सादा पानी भी शराब हो जाए। कितनी हसीन छोकरी। सच्चा प्यार करता तू? सच्चा देख ले तू मेरे तो अपना बाला साहिब। जीवन भैया साहब एक मशवरा लेना था। हाँ जी जी, मशवरे आपके भी मैंने दिए। अपनी बीवी सुती हुई। हाँ हाँ। अचानक उधर कमरे च आके। हाँ हाँ। उधर रजाई चुक के। हाँ। उधर नाल रजाई च वड़ के सो जाओ। हाँ। गुनाह तो नहीं होता? नहीं नहीं, अगर गैर बंदा हो तो फिर नहीं होता। अच्छी माँ का बच्चा, तू तेरे खुदी माँ गया बच्चा, तेरे लाना तेरे बेशुमार सारे आ गए। तेरे पूछने तो यूं गुनाह नहीं होता। उस डायरेक्टर की भैन कड्डा जिन्हें सीन बनाया। नहीं दूंगा धोखा, मुझे जाने दो। मैं शादी करेगा ना? बिल्कुल शादी करूं। मैं तेरे को नहीं जान देना। मैंने जा ना जा ना ना जा जाने। मैं तेरे को नहीं जान देना। मैंने जाना। लग गई कदों? टाइम याद नहीं। ज़ाहिरा होश में रहा करना। बेहोश तू होया है? ज़ाहिर होना ही था, छोड़ ही नहीं रहा था जान। उधर बकवास करता। ला टिकट के दर। हां टिकट तो निकल ना, निकल कर तू निकल। मैं नहीं जान देना। जान जान मेरा, जान देना। टिकट मिल गई है मुझे जाने का। टाइम हो? टाइम बड़ा हो गया। की तू टिकट देती है ना? हां जी मैं देती हूं। अल्लाह करके तेरा टिट फट जावे। ये नहीं पटना। अमरीका जा रहा, लूमो पे जा रहा हूं। दूसरी रोटी बांध के दे, जहाज में मिलती रोटी। अच्छा पायलट सीधा चट्टानों में पागल हो रही है जहाल औरत। जा मैं जा रहा हूँ ना, वहाँ यही काम है।